ਸਸਤਰਾਂ ਦੇ ਨਾਲ ਅਤਿਅੰਤ ਪ੍ਰੇਮ, ਇਤਨਾ ਪ੍ਰੇਮ ਸਾਧ ਸੰਗਤ ਜੀ ਕਿ ਜਦੋਂ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਆਸਣ ਲਾਇਆ ਕਰਦੇ, ਆਪਣੇ ਆਸਣ ਤੋਂ ਉੱਚਾ ਆਸਣ ਸਾਧ ਸੰਗਤ ਜੀ ਉਹ ਸਸਤਰਾਂ ਨਾਲ ਸਜਾਇਆ ਕਰਦੇ, ਇੰਨਾ ਸਤਿਕਾਰ ਸਾਧੂ ਜੀ ਨੇ ਉਹ ਸਸਤਰਾਂ ਨਾਲ ਕੀਤਾ, ਕਿਉਂਕਿ ਉਹ ਨਿਰੰਕਾਰ ਦਾ ਸਰੂਪ, ਉਹ ਸਸਤਰਾਂ ਅੰਦਰੋਂ ਸਾਧ ਸੰਗਤ ਜੀ ਉਸ ਪਰਮਾਤਮਾ ਦੇ ਦਰਸ਼ਨ, ਗੁਰੂ ਦੇ ਦਰਸ਼ਨ ਹੁੰਦੇ ਨੇ। ਸਤਿਗੁਰੂ ਜੀ ਦੀ ਪਾਵਨ ਬਾਣੀ ਹੈ, ਔਰ ਸਿਰਫ 5 ਮਿੰਟ ਬਜੇ ਹਨ, ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਹੈ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸ਼ਸਤਰ ਨਾਮ ਵਾਲਾ ਸਤਿਗੁਰੂ ਜੀ ਇਸ ਪਾਵਨ ਬਾਣੀ ਅੰਦਰ ਸ਼ਸਤਰਾਂ ਨੂੰ ਪਰਮੇਸ਼ਰ ਨੂੰ ਪਜਾਣ ਕਰਕੇ ਸਾਧ ਸੰਗਤ ਜੀ ਨਮਸਕਾਰ ਕਰਦੇ ਨੇ। ਔਰ ਦੋਹਰਾ ਸਾਂਗ ਸਰੋਹੀ ਸਾਹਿਬ ਅਸ ਤੀਰ ਤਪਕ ਤਲਵਾਰ ਸਤਰਾਂ ਤੱਕ ਚਾਂਦ ਕਰ ਕਰੀਏ ਰਾਕਸ਼ੂ ਹਮਾਰ। ਸਾਧ ਸੰਗਤ ਜੀ ਨੇ, ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਅਨੇਕਾਂ ਹੀ ਸ਼ਸਤਰਾਂ ਦੇ ਜਿਹਨੂੰ ਦਰਸ਼ਨ ਕਰਾਏ ਨੇ, ਜੋ ਸਤਿਗੁਰੂ ਜੀ ਦੀ ਇਸ ਬਾਣੀ ਤੋਂ ਸਾਧ ਸੰਗਤ ਜੀ ਉਹ ਸਾਨੂੰ ਸੁਣਨ ਨੂੰ, ਸਤਿਗੁਰੂ ਦਰਸ਼ਨ ਕਰਨ ਨੂੰ ਪ੍ਰਾਪਤ ਹੁੰਦਾ। ਆਓ ਪਾਵਨ ਬਾਣੀ ਸ੍ਰੀ ਸਤਿ ਨਾਮ ਵਾਲਾ 5 ਮਿੰਟ ਲਈ ਸਾਧ ਸੰਗਤ ਜੀ ਇਸ ਦਾ ਜੋ ਹੈ ਉਹ ਕੀਰਤਨ ਕਰਕੇ ਜੋ ਸਮਾਪਤੀ ਹੈ ਜੀ। ਸਦਾ ਹਮਾਰੇ ਚਿੱਤ ਬਸੋ, ਤੁਮ ਹੀ ਬਣੇ, ਤੁਮ ਬਿਆਨ
सुनते पुनीत कहते पुनीत सतगुर रहया परपूरे बिरहंत नानक गुरु जन लागे वाजे अनुपूरे सरोग पवन गुरु पाणी पिता माता तरत मात दिवस रात दुहदाई दाया खिन सगले जगत चंगियाइया बरियाइया पाचे धर्म हदूर करमी आपो अपनी के नेड़े के दूर जिनी नाम ध्याया गए मुसकत खाद नानक ते मुख उजले केती छुटी नाल जिनी नाम ध्याया गए मुसकत खाल नानक ते मुख उजले केती छुटी